曲があって、エンディング作れる曲があって、タッチする曲があって、いろいろ、セリフ的にちゃんと変容がある。ਤੁਹਾਡਾ ਧੰਨਵਾਦ ਕਰਦੇ ਹਾਂ, ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਭੂ ਜੀ। ਤੂੰ ਸੱਚ
ਸਰਵਸ਼ ਪ੍ਰਭੂ ਮਹਾਨ ਪਰਮੇਸ਼ਵਰ ਆ ਜੋ ਸਾਡੇ ਪ੍ਰਭੂ ਜੀ ਭੈਣ ਭਰਾਵਾਂ ਨੂੰ ਜਗ੍ਹਾ 'ਤੇ ਇਕੱਠਿਆਂ ਕੀਤਾ, ਇੱਕ ਇੱਕ ਜਨ ਨੂੰ ਲੈ ਕੇ ਆਇਆ ਪ੍ਰਭੂ ਜੀ, ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮਹਾਨ ਪਰਮੇਸ਼ਵਰ। ਮੈਨੂੰ ਵੀ ਇਸ ਪ੍ਰਭੂ ਜੀ ਮੰਡਲੀ ਵਿੱਚ ਆਉਣ ਦਾ ਮੌਕਾ ਦਿੱਤਾ, ਮੈਂ ਤੇਰਾ ਲੱਖਾਂ ਵਾਰ ਸ਼ੁਕਰਗੁਜ਼ਾਰ ਕਰਦੀ ਹਾਂ ਪ੍ਰਭੂ ਜੀ, ਤੂੰ ਹੁਣ ਤੱਕ ਸੰਭਾਲਿਆ ਪਿਤਾ ਪਰਮੇਸ਼ਵਰ, ਅੰਗ ਸੰਗ ਰਿਹਾ ਤੇਰਾ ਸ਼ੁਕਰ ਤੇਰਾ ਧੰਨਵਾਦ ਕਰਦੇ ਹਾਂ, ਤਾਰੀਫ ਕਰਦੇ ਹਾਂ, ਮਹਿਮਾ ਕਰਦੇ ਹਾਂ ਪਰਮੇਸ਼ਵਰ। ਤੂੰ ਸੱਚਮੁੱਚ ਸਾਡੇ ਕੰਮਾਂ ਕਰਨ 'ਤੇ ਆਸ਼ਾ ਬਰਕਤ ਦਿੱਤੀ ਪ੍ਰਭੂ ਜੀ, ਨਾ ਖਾਣ ਦੀ ਨਾ ਪਹਿਨਣ ਦੀ ਕਿਸੇ ਚੀਜ਼ ਦੀ ਪ੍ਰਭੂ ਚੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਪਿਤਾ ਪਰਮੇਸ਼ਵਰ। ਤੁਹਾਨੂੰ ਤੋਂ ਪਹਿਲੇ ਦੇਣ ਵਾਲਾ ਖੁਦਾ ਆ ਤੇਰਾ ਸ਼ੁਕਰ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਜਿੰਨੇ ਵੀ ਪ੍ਰਭੂ ਜੀ ਕਲੀਸਿਆ ਦੇ ਭੈਣ ਭਰਾ ਪ੍ਰਭੂ ਜੀ ਤੇਰੀ ਹਜ਼ੂਰੀ ਵਿੱਚ ਆਏ ਆ, ਇਹਨਾਂ ਦੀਆਂ ਹਾਜ਼ਰੀਆਂ ਨੂੰ ਪ੍ਰਭੂ ਸਵਰਗਾਂ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ਵਰ। ਜਿੰਨੇ ਸਾਡੇ ਭੈਣ ਭਰਾ ਰਸਤੇ ਵਿੱਚ ਆ ਰਹੇ ਆ ਉਹਨਾਂ ਨੂੰ ਨਿਗਾਹਬਾਨੀ ਕਰਕੇ ਲੈ ਕੇ ਆਓ ਪਿਤਾ ਪਰਮੇਸ਼ਵਰ। ਮਹਾਨ ਪਰਮੇਸ਼ਵਰ ਤੂੰ ਸੱਚਮੁੱਚ ਮਹਾਨ ਅਤੇ ਅਜੀਬ ਚੰਗੇ ਕੰਮ ਕਰਨ ਵਾਲਾ ਖੁਦਾ ਆ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਤਾ ਪਰਮੇਸ਼ਵਰ। ਬੰਦਗੀ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ ਪ੍ਰਭੂ ਜੀ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਤਾ ਪਰਮੇਸ਼ਵਰ। ਇਸ ਮੰਡਲੀ ਉੱਤੇ ਪ੍ਰਭੂ ਜੀ ਤੁਹਾਡਾ ਹੱਥ ਚਾਹੁੰਦੇ, ਤੁਹਾਡੀ ਆਸ਼ਾ ਤੁਹਾਡੀ ਬਰਕਤ ਚਾਹੁੰਦੇ ਹਾਂ ਪਿਤਾ ਪਰਮੇਸ਼ਵਰ। ਇਸ ਭਵਨ ਦੇ ਖਿਲਾਫ ਜਿੰਨੀਆਂ ਵੀ ਦੁਸ਼ਟਾਂ ਦੀਆਂ ਚਾਲਾਂ ਕੰਮ ਕਰਦੀਆਂ ਪ੍ਰਭੂ, ਸੱਚਮੁੱਚ ਪ੍ਰਭੂ ਤੇਰੇ ਨਾਂ ਦੇ ਵਿੱਚ ਸਾਰੀਆਂ ਭਸਮ ਹੋ ਜਾਣ ਪਿਤਾ ਪਰਮੇਸ਼ਵਰ। ਜੋ ਵੀ ਇਸ ਭਵਨ ਦਾ ਪ੍ਰਭੂ ਜੀ ਕੰਮ ਪਿਤਾ ਪਰਮੇਸ਼ਵਰ ਹਜੇ ਅਧੂਰਾ ਪਿਆ, ਉਹ ਸਾਰੇ ਕੰਮ ਨੂੰ ਮੁਕੰਮਲ ਕਰਨ 'ਚ ਪ੍ਰਭੂ ਜੀ ਮਦਦ ਸਹਾਇਤਾ ਕਰਨੀ। ਜੋ ਵੀ ਪ੍ਰਭੂ ਜੀ ਪੈਸੇ ਧੇਲੇ ਦੀ ਜ਼ਰੂਰਤ ਹੈ ਖੁਦਾ ਬਾਪ, ਉਹ ਸਾਰੇ ਪ੍ਰਭੂ ਸਵਰਗਾਂ ਨੂੰ ਆਪਣੇ ਪ੍ਰਭੂ ਜੀ ਉਹ ਖਜ਼ਾਨੇ ਖੋਲ੍ਹ ਕੇ ਪ੍ਰਭੂ ਜੀ ਇਸ ਚਰਚ ਦੇ ਉੱਤੇ ਪ੍ਰਭੂ ਜੀ ਕਿਰਪਾ ਕਰਨੀ, ਦਇਆ ਕਰਨੀ ਪ੍ਰਭੂ ਜੀ। ਤੂੰ ਮਹਾਨ ਪਰਮੇਸ਼ਵਰ ਆ ਪਿਤਾ ਪਰਮੇਸ਼ਵਰ, ਤੂੰ ਸੱਚਮੁੱਚ ਜਿੰਦਾ ਖੁਦਾ ਆ ਪਿਤਾ ਪਰਮੇਸ਼ਵਰ। ਪਾਸਟਰ ਸਾਹਿਬ ਉਹਨਾਂ ਦੀ ਫੈਮਿਲੀ ਵਾਸਤੇ ਦੁਆ ਕਰਦੇ ਹਾਂ ਪ੍ਰਭੂ ਜੀ, ਜਿਨ੍ਹਾਂ ਨੇ ਪ੍ਰਭੂ ਜੀ ਇਸ ਬੰਦਗੀ ਨੂੰ ਪ੍ਰਭੂ ਜੀ ਰੱਖਿਆ ਹੋਇਆ, ਪ੍ਰਭੂ ਜੀ ਇਸ ਬੰਦਗੀ ਵਿੱਚ ਅਜੀਬ ਦੇ ਚੰਬੇ ਕੰਮ ਹੋ ਜਾਣ ਪਿਤਾ ਪਰਮੇਸ਼ਵਰ। ਜੋ ਵੀ ਹੈ ਸ਼ਾਂਤੀ ਦੀ ਮੀਟਿੰਗ ਰੱਖੀ ਹੋਈ ਆ ਪਿਤਾ ਪਰਮੇਸ਼ਵਰ, ਸੱਚਮੁੱਚ ਚਾਹੁੰਦੇ ਹਾਂ ਪ੍ਰਭੂ ਜੀ ਕਲੀਸਿਆ ਦੇ ਇੱਕ ਇੱਕ ਜਨ ਦੇ ਮੈਂਬਰਾਂ ਦੇ ਵਿੱਚ ਪਿਤਾ ਪਰਮੇਸ਼ਵਰ ਤੇਰੀ ਸੱਚੀ ਸ਼ਾਂਤੀ ਫੈਲਦੇ ਪ੍ਰਭੂ ਜੀ। ਪੂਰੇ ਨੂਰਨਾਲ ਸ਼ਹਿਰ ਵਾਸਤੇ ਦੁਆ ਕਰਦੇ ਪ੍ਰਭੂ ਜੀ, ਇਸ ਨੂਰਨਾਲ ਸ਼ਹਿਰ ਦੇ ਵਿੱਚ ਤੇਰੀ ਬੇਦਾਰੀ ਆ ਜਾਏ ਪਿਤਾ ਪਰਮੇਸ਼ਵਰ, ਤੇਰੀ ਸੱਚੀ ਸ਼ਾਂਤੀ ਫੈਲਦੇ ਪਿਤਾ ਪਰਮੇਸ਼ਵਰ। ਹਾਲੇਲੂਯਾ ਮਹਾਨ ਪਰਮੇਸ਼ਵਰ, ਤੂੰ ਸੱਚਮੁੱਚ ਮਹਾਨ ਆ, ਤੂੰ ਜੀਵ ਦੇ ਜੰਮੇ ਕੰਮ ਕਰਨ ਦੀ ਸਮਰੱਥ ਰੱਖਦਾ ਪਿਤਾ ਪਰਮੇਸ਼ਵਰ। ਇੱਕ ਇੱਕ ਦੇ ਉੱਤੇ ਪ੍ਰਭੂ ਜੀ ਆਪਣਾ ਹੱਥ ਫੜਾ ਦਿਓ ਪਿਤਾ ਬਾ, ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਵਰ। ਸੱਚਮੁੱਚ ਇਸ ਭਵਨ ਦੇ ਵਿੱਚ ਪ੍ਰਭੂ ਜੀ ਸੱਚਮੁੱਚ ਤੁਹਾਡੀ ਸਮਰੱਥ ਉਤਰੇ ਪਿਤਾ ਪਰਮੇਸ਼ਵਰ। ਜਿੰਦਾ ਖੁਦਾ ਤੇਰਾ ਸ਼ੁਕਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਮਹਿਸੂਸ ਕਰਦੇ ਹਾਂ ਪ੍ਰਭੂ ਜੀ ਤੁਸੀਂ ਸੱਚਮੁੱਚ ਇਸ ਮੰਡਲੀ ਦੇ ਵਿੱਚ ਹਾਜ਼ਰ ਦੇ ਨਾਲ ਤੁਸੀਂ ਕਿਹਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਮੈਂ ਤੁਹਾਡੇ ਵਿਚਕਾਰ ਹਾਜ਼ਰ ਆ ਪ੍ਰਭੂ ਜੀ। ਤੁਹਾਡਾ ਵਾਅਦਾ ਹੈ ਸਾਡਾ ਵਿਸ਼ਵਾਸ ਹੈ ਪਿਤਾ ਪਰਮੇਸ਼ਵਰ, ਤੁਸੀਂ ਸੱਚਮੁੱਚ ਅੱਜ ਸਾਡੇ ਵਿਚਕਾਰ ਹੋ ਪਿਤਾ ਪਰਮੇਸ਼ਵਰ। ਇੱਕ ਇੱਕ ਜਨ ਦੀ ਦੁਆ ਨੂੰ ਸੁਣਨਾ ਪਿਤਾ ਵਾ, ਜੋ ਕੋਈ ਦੁਖੀ ਵਿਚਾਰ ਆਇਆ ਹੈ ਪਿਤਾ ਪਰਮੇਸ਼ਵਰ, ਉਹ ਸਭ ਸ਼ਿਵਾ ਅਤੇ ਚੰਗਾਈ ਔਰ ਸ਼ਾਂਤੀ ਪਾ ਕੇ ਜਾਵੇ ਪਿਤਾ ਪਰਮੇਸ਼ਵਰ। ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਵਰ। ਜੋ ਵੀ ਗੀਤ ਭਜਨ ਪਾਏ ਪ੍ਰਭੂ ਜੀ ਤੇਰੇ ਬੱਚਿਆਂ ਨੇ ਪ੍ਰਭੂ ਜੀ, ਸੱਚਮੁੱਚ ਪ੍ਰਭੂ ਜੀ ਉਹ ਤੁਹਾਨੂੰ ਖੁਸ਼ ਕਰਨੇ ਪ੍ਰਭੂ ਜੀ ਚੜ੍ਹਾਏ ਪਿਤਾ ਪਰਮੇਸ਼ਵਰ, ਸਾਡੀਆਂ ਧੰਨਵਾਦ ਦੀਆਂ ਭੇਟਾਂ ਨੂੰ ਕਬੂਲ ਕਰਨਾ ਪਿਤਾ ਪਰਮੇਸ਼ਵਰ। ਹਾਲੇਲੂਯਾ ਮਹਾਨ ਪਰਮੇਸ਼ਵਰ, ਅਬਰਾਹਮ ਇਸਹਾਕ ਯਾਕੂਬ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਵਰ। ਸੱਚਮੁੱਚ ਇੱਕ ਇੱਕ ਜ਼ਿੰਦਗੀ ਵਿੱਚ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਤੁਹਾਡੀ ਜ਼ਰੂਰਤ ਹੈ ਪਿਤਾ ਪਰਮੇਸ਼ਵਰ, ਤੁਸੀਂ ਹਰ ਸਮੇਂ ਅੰਗ ਸੰਗ ਰਹਿਣ ਵਾਲੇ ਪਿਤਾ ਬਾਪ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਹਾਂ ਮਹਾਨ ਪਰਮੇਸ਼ਵਰ। ਪਿਤਾ ਜੋ ਵੀ ਪਿਤਾ ਪਰਮੇਸ਼ਵਰ ਹੁਣ ਪਿਤਾ ਬਚਨ ਹੋਵੇ, ਜੋ ਵੀ ਗੀਤ ਭਜਨ ਹੋਣ ਪਿਤਾ, ਉਹਨਾਂ ਫਿਰ ਤੁਹਾਡੀ ਆਸ਼ਿਰ ਤੁਹਾਡੀ ਵਰਤਨ ਚਾਹੁੰਦੇ ਹਾਂ ਪਿਤਾ, ਉਹ ਪਿਤਾ ਸੱਚਮੁੱਚ ਦਇਆ ਕਰ ਕਿਰਪਾ ਕਰ ਪਿਤਾ, ਜੋ ਵੀ ਪ੍ਰਭੂ ਜੀ ਵਚਨ ਹੋਵੇ ਤੁਹਾਡੀ ਵੱਲੋਂ ਹੋ ਜਾਏ ਪਿਤਾ ਬਾਪ, ਉਹ ਵਚਨ ਸੁਣ ਕੇ ਸਾਡੇ ਪਿਤਾ ਪ੍ਰਭੂ ਜੀ ਉਹ ਦਿਉਂਦਾ ਬਤਾ ਕੇ ਸਾਡੇ ਦਿਲਾਂ ਦੇ ਵਿੱਚ ਤੁਹਾਡਾ ਵਚਨ ਗ੍ਰਹਿਣ ਹੋ ਜਾਏ ਪ੍ਰਭੂ ਜੀ, ਅਸੀਂ ਪਿਤਾ ਪਰਮੇਸ਼ ਤੇਰੇ ਵਚਨ ਨੂੰ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢਣ ਵਾਲੇ ਨੂੰ ਵੱਧ ਕੇ ਤੇਰਾ ਵਚਨ ਸਾਡੇ ਹਿਰਦਿਆਂ ਵਿੱਚ ਜਮ੍ਹਾਂ ਹੋ ਜਾਏ ਪਿਤਾ ਪ੍ਰਭੂ ਜੀ, ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ ਪ੍ਰਭੂ ਜੀ। ਬੰਦਗੀ ਦੇ ਅਗਲੇ ਕਿਸੇ ਨੂੰ ਸਾਡੇ ਹੱਥਾਂ ਵਿੱਚ ਦਿੰਦੇ ਹਾਂ ਪ੍ਰਭੂ ਜੀ, ਉਹ ਪਿਤਾ ਪਰਮੇਸ਼ ਸੱਚਮੁੱਚ ਆਪਣੀ ਸਾਂਭ ਦੁਆਰਾ ਪ੍ਰਭੂ ਜੀ ਇਸ ਬੰਦਗੀ ਨੂੰ ਚਲਾਉਣਾ ਪਿਤਾ ਪਾ, ਇਸ ਬੰਦਗੀ ਦਾ ਪ੍ਰਭੂ ਜੀ ਮੁਕੰਮਲ ਕਰਨਾ ਪਿਤਾ ਪਰਮੇਸ਼ਰ, ਤੂੰ ਮਹਾਨ ਆ, ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ। ਜਿੰਨੇ ਭੈਣ ਭਰਾ ਤੁਹਾਡਾ ਸ਼ੁਕਰ, ਜਿੰਨੇ ਵੀ ਬੱਚੇ ਵਿਦੇਸ਼ਾਂ ਵਿੱਚ ਪ੍ਰਭੂ ਜੀ ਨੂੰ ਯਾਦ ਕਰਦੇ ਹਾਂ ਪ੍ਰਭੂ ਜੀ, ਸੱਚਮੁੱਚ ਪਿਤਾ ਪਰਮੇਸ਼ਰ ਦਾ ਤੇਰਾ ਆਸ਼ੀਰਵਾਦ ਕਰ ਚਾਹੁੰਦੇ ਹਾਂ ਪਿਤਾ ਪਾ, ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ। ਮੇਰੀ ਛੋਟੀ ਜਿਹੀ ਦੁਆ ਬੇਨਤੀ ਨੂੰ ਸੁਣਨਾ, ਇੱਕ ਬਹੁਤ ਕਰਨਾ ਮੰਗਦੇ ਤੁਹਾਡੇ ਬੇਟੇ ਖੁਦਾ ਵਿੱਚ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ। ਦੁਨੀਆਂ ਨੂੰ ਤਾਰਦਾ ਦੁਨੀਆਂ ਨੂੰ ਤਾਰਦਾ।
Thank you.
ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਤੁਸੀਂ ਆਪਣੇ ਦਾਸ ਵਿੱਚ ਲੱਗੇ ਇਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਵੀ ਪ੍ਰਭੂ ਜੀ ਜੋ ਤੁਸੀਂ ਆਪਣੇ ਇਹਨਾਂ ਪ੍ਰਭੂ ਜੀ ਬੱਚਿਆਂ ਨੂੰ ਇਸ ਭਵਨ ਤੱਕ ਲੈ ਕੇ ਆਏ ਪ੍ਰਭੂ ਜੀ ਇਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਸਾਰਿਆਂ ਤੁਹਾਡੇ ਹੱਥਾਂ ਵਿੱਚ ਸੌਂਪਦੀ ਹਾਂ ਖੁਦਾਵੰਦ ਪਿਤਾ ਪਰਮੇਸ਼ਰ ਸਾਰਿਆਂ ਤੁਹਾਡੇ ਲੱਖ ਦੇ ਵਿੱਚ ਬਲੈਸ ਕਰਦੀ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਵੀ ਖੁਦਾਵੰਦ ਪਿਤਾ ਪਰਮੇਸ਼ਰ ਤੁਸੀਂ ਅੱਜ ਸਾਰਿਆਂ ਛੂ ਕੇ ਬਲੈਸ ਕਰਦਾ ਖੁਦਾਵੰਦ ਪਿਤਾ ਪਰਮੇਸ਼ਰ ਜੋ ਵੀ ਆਪਣੀ ਆਸ ਮੁਰਾਦ ਨੂੰ ਲੈ ਕੇ ਆਏ ਪ੍ਰਭੂ ਜੀ ਤੁਸੀਂ ਸਾਰਿਆਂ ਨੂੰ ਉਹਨਾਂ ਦੀ ਆਸ ਮੁਰਾਦ ਦਾ ਉੱਤਰ ਦੇਣਾ ਪ੍ਰਭੂ ਜੀ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣਾ ਖੁਦਾਵੰਦ ਪਿਤਾ ਪਰਮੇਸ਼ਰ ਜੋ ਵੀ ਤੁਹਾਡੇ ਦਾਸ ਆ ਰਹੇ ਨੇ ਖੁਦਾਵੰਦ ਪਿਤਾ ਪਰਮੇਸ਼ਰ ਉਹਨਾਂ ਨੂੰ ਵੀ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਖੁਦਾਵੰਦ ਪਿਤਾ ਪਰਮੇਸ਼ਰ ਉਹਨਾਂ ਤੁਹਾਡੇ ਲੱਖ ਦੇ ਵਿੱਚ ਬਲੈਸ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਸਹੀ ਸਲਾਮਤ ਆਪਣੇ ਦਾਸ ਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਖੁਦਾਵੰਦ ਪਿਤਾ ਪਰਮੇਸ਼ਰ ਔਰ ਆਪਣੀ ਨੂੰਹ ਦੇ ਨਾਲ ਅਭਿਸ਼ੇਕ ਕਰਕੇ ਉਹਨਾਂ ਨੂੰ ਇਸਤੇਮਾਲ ਕਰਨਾ ਖੁਦਾਵੰਦ ਪਿਤਾ ਪਰਮੇਸ਼ਰ ਜੋ ਵੀ ਇਸਦਾ ਵਚਨ ਹੋਵੇ ਪ੍ਰਭੂ ਜੀ ਸਾਰੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਪ੍ਰਭੂ ਜੀ ਸਾਨੂੰ ਸੁਣਨ ਵਾਲੇ ਕੰਨ ਦੇਣਾ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਆਪਣੇ ਹਿਰਦਿਆਂ ਦੇ ਵਿੱਚ ਜਮ੍ਹਾਂ ਕਰ ਸਕੀਏ ਖੁਦਾਵੰਦ ਪਿਤਾ ਪਰਮੇਸ਼ਰ ਉਹ ਵਚਨ ਸਾਡੇ ਲਈ ਆਸ਼ੀਸ਼ ਬਣਨ ਦਾ ਕਾਰਨ ਹੋਵੇ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਖੁਦਾਵੰਦ ਪਿਤਾ ਪਰਮੇਸ਼ਰ ਉਸ ਵਚਨ ਦੇ ਨਾਲ ਪ੍ਰਭੂ ਜੀ ਸਾਰੀਆਂ ਜ਼ਿੰਦਗੀਆਂ ਬਦਲ ਜਾਵਣ ਖੁਦਾਵੰਦ ਪਿਤਾ ਪਰਮੇਸ਼ਰ ਸਾਨੂੰ ਪ੍ਰਭੂ ਜੀ ਸਾਰੀਆਂ ਜ਼ਿੰਦਗੀ ਦੇ ਵਿੱਚ ਵਚਨ ਕੰਮ ਕਰੇ ਖੁਦਾਵੰਦ ਪਿਤਾ ਪਰਮੇਸ਼ਰ ਤੁਸੀਂ ਅੱਜ ਆਪਣੇ ਦਾਸ ਦੇ ਥਰੂ ਸਾਡੇ ਨਾਲ ਗੱਲਬਾਤ ਕਰਨਾ ਖੁਦਾਵੰਦ ਪਿਤਾ ਪਰਮੇਸ਼ਰ ਤੁਹਾਡੇ ਦਾਸ ਨੂੰ ਤੁਹਾਡੇ ਰੱਬ ਦੇ ਵਿੱਚ ਬਲੈਸ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਜੋ ਤੁਸੀਂ ਪ੍ਰਭੂ ਜੀ ਗੀਤਾ ਭਜਨਾ ਵਿੱਚ ਖੁਦਾਵੰਦ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੀ ਮਦਦ ਸਹਾਇਤਾ ਕੀਤੀ ਇਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਬਾਕੀ ਨੂੰ ਪ੍ਰਭੂ ਜੀ ਤੁਸੀਂ ਸਹੀ ਸਲਾਮਤ ਚਲਾ ਰਹੇ ਹੋ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਆਉਣ ਵਾਲੇ ਸਾਰਾ ਸਮਾਂ ਬਾਕੀ ਦਾ ਸਾਰਾ ਸਮਾਂ ਤੁਹਾਡੇ ਹੱਥਾਂ ਵਿੱਚ ਸੌਂਪਦੇ ਖੁਦਾਵੰਦ ਪਿਤਾ ਪਰਮੇਸ਼ਰ ਪਰ ਫਿਰ ਤੋਂ ਸਾਰੇ ਤੁਹਾਡੇ ਹੱਥਾਂ ਵਿੱਚ ਸੌਂਪਦੇ ਸਾਰੇ ਦੇ ਇੱਥੇ ਲੈ ਕੇ ਆਉਣ ਤੱਕ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਜੋ ਹੋਰ ਵੀ ਲੋਕ ਆਉਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਵੀ ਲੈ ਕੇ ਆਓ ਖੁਦਾਵੰਦ ਪਿਤਾ ਪਰਮੇਸ਼ਰ ਜੋ ਨਹੀਂ ਵੀ ਆਉਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਵੀ ਲੈ ਕੇ ਆਓ ਖੁਦਾਵੰਦ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਦੇ ਹੋ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਪਿਤਾ ਪਰਮੇਸ਼ਰ ਪ੍ਰਭੂ ਜੀ ਇਸ ਮੀਟਿੰਗ ਦੇ ਵਿੱਚ ਤੁਸੀਂ ਚੱਲਦੇ ਫਿਰਦੇ ਨਜ਼ਰ ਆਓ ਖੁਦਾਵੰਦ ਪਿਤਾ ਪਰਮੇਸ਼ਰ ਸਾਰੇ ਜਣੇ ਤੁਹਾਡੀ ਹਜ਼ੂਰੀ ਨੂੰ ਮਹਿਸੂਸ ਕਰ ਸਕਣ ਖੁਦਾਵੰਦ ਪਿਤਾ ਪਰਮੇਸ਼ਰ ਸਾਰਿਆਂ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਪ੍ਰਭੂ ਜੀ ਵਿਸ਼ਵਾਸ ਕਰਦੇ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਸੁਣਿਆ ਔਰ ਕਬੂਲ ਕੀਤਾ ਛੋਟੀ ਜੀ ਦੁਆ ਵਿੱਚ ਯੇਸ਼ੂ ਮਸੀਹ ਦੇ ਨਾਮ ਚ ਮੰਗਦੇ ਆ
ਸਾਰੇ ਭੈਣ ਭਾਈ ਭਾਵੇਂ ਭਜਨ ਗਾਵਾਂਗੇ ਵਧੀਆ ਮੇਰਾ ਸਾਰਾ ਜੀਵਨ ਬਦਲ ਗਿਆ Thank you.
Thank you.
Jadi, sebelumnya pada saat saya di pinjam dari Ustaz Muhammad.
ਸੋ ਇਸ ਪਿਆਰ ਦੇ ਲਈ ਇਸ ਆਦਰ ਦੇ ਲਈ ਸਭ ਨੂੰ ਹਾਲੇਲੂਯਾ ਹਾਲੇਲੂਯਾ ਆਈ ਸਭ ਨੂੰ ਮਾਈਕਾ ਤੇ ਜਸ ਨਾਮ ਦੇ ਨਾਲ ਨਿਰਗੁਣ ਭਜਨ ਗੁਣਾਂਗੇ ਔਰ ਉਸ ਤੋਂ ਬਾਅਦ ਇੱਕ ਹੋਰ ਭਜਨ ਕਰਕੇ ਅਸੀਂ ਪ੍ਰਭੂ ਦੇ ਪਵਿੱਤਰ ਭਜਨ ਸੋ ਖੁਦਾ ਦਾ ਸ਼ੁਕਰ ਹੈ ਤੇਰਾ ਹਮੇ ਇਹ Thank you.
Hallelujah. Hallelujah.
ਤੁਹਾਡੇ ਨਾਮ ਦੀ ਮਹਿਮਾ, ਤੁਹਾਡੇ ਨਾਮ ਦੀ ਵਡਿਆਈ ਕਰਦੇ ਹਾਂ ਮਹਾਨ ਪ੍ਰਭੂ ਜੀ, ਜੋ ਤੁਸੀਂ ਸਮਾਜ ਤੱਕ ਸੰਭਾਲਿਆ, ਅੱਜ ਤੱਕ ਸਾਨੂੰ ਜਿੰਦਾ ਰੱਖਿਆ, ਇਹਦੇ ਦਾ ਸ਼ੁਕਰ ਕਰਦੇ ਹਾਂ। ਮਹਾਨ ਪਰਮੇਸ਼ਰ, ਬਹੁਤ ਦਿਨਾਂ ਤੋਂ ਇਸ ਮੀਟਿੰਗ ਦੇ ਵਾਸਤੇ ਜੋ ਵੀ ਪ੍ਰਾਰਥਨਾ ਕੀਤੀਆਂ ਗਈਆਂ, ਔਰ ਮਹਾਨ ਪਰਮੇਸ਼ਰ ਉਸ ਦਿਨ ਆ ਗਿਆ ਕਿ ਪਰਮੇਸ਼ਰ ਅੱਜ ਜੋ ਤੇਰੇ ਲੋਕ ਤੇਰੇ ਹਜ਼ੂਰੀ ਦੇ ਵਿੱਚ ਅੱਜ ਇਕੱਠੇ ਆ, ਮਹਾਨ ਪਰਮੇਸ਼ਰ ਸਾਡੀ ਬੇਨਤੀ ਹੈ ਕਿ ਹਰ ਇੱਕ ਆਪਣੇ ਬੇਟੇ ਬੇਟੀ ਦੇ ਉੱਤੇ ਆਪਣੀ ਕਿਰਪਾ ਨਾਲ ਖੋਲੋ। ਮਹਾਨ ਪਰਮੇਸ਼ਰ ਅੱਜ ਕੋਈ ਵੀ ਇਸ ਗੱਲ ਦਾ ਕੋਈ ਖਾਲੀ ਨਾ ਜਾਏ। ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਤੁਸੀਂ ਅਬਰਾਹਾਮ, ਇਸਹਾਕ, ਇਸਰਾਇਲ ਦੇ ਪਰਮੇਸ਼ਰ ਆ, ਤੋਂ ਬਰਕਤਾਂ ਦੇਣ ਵਾਲੇ ਪਰਮੇਸ਼ਰ ਹੈ, ਤੁਸੀਂ ਛੁਟਕਾਰਾ ਦੇਣ ਵਾਲੇ ਪਰਮੇਸ਼ਰ ਹੈ, ਤੁਸੀਂ ਜ਼ਿੰਦਗੀ ਦੇਣ ਵਾਲੇ ਪਰਮੇਸ਼ਰ ਹੈ। ਸਾਡੇ ਵਾਅਦੇ ਹਾਂ ਔਰ ਆਮੀਨ ਦੇ ਵਿੱਚ ਪੂਰੇ ਹੁੰਦੇ ਆ। ਤੁਸੀਂ ਅੱਜ ਕੱਲ੍ਹ ਤੇ ਹੋਰ ਯੁਗਲ ਦੇ ਉੱਪਰ ਜਾ ਪਰਮੇਸ਼ਰ ਹੈ, ਤੁਸੀਂ ਕਦੀ ਵੀ ਬਦਲਣ ਵਾਲੇ ਨਹੀਂ। ਪ੍ਰਭੂ ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਦੇ ਹਾਂ। ਮਹਾਨ ਪਰਮੇਸ਼ਰ, ਜਿਹਦੇ ਵੀ ਤੇਰੇ ਸੇਵਕ ਸਨ ਇਸ ਜਗ੍ਹਾ ਤੇ ਪਹੁੰਚਿਆ, ਪ੍ਰਭੂ ਇੱਕ ਸੇਵਕ ਵਾਲੇ ਹੱਥਾਂ ਵਿੱਚ ਦੇ ਦਿੱਤਾ। ਔਰ ਮਹਾਨ ਪਰਮੇਸ਼ਰ, ਅੱਜ ਦੇ ਜੋ ਮੁੱਖ ਵਕਤਾ ਤੁਹਾਡੇ ਨਾਲ ਪਾਸਾ ਰਜਿੰਦਰ ਜੀ ਔਰ ਇਹਨਾਂ ਦੇ ਪਰਿਵਾਰ ਤੇ ਤੁਹਾਡੀ ਆਸ਼ੀਸ਼ ਮੰਗਦੇ ਹਾਂ ਪ੍ਰਭੂ। ਔਰ ਜੋ ਵੀ ਅੱਜ ਦਾ ਵਚਨ ਇਹ ਬੋਲਣ ਪ੍ਰਭੂ ਜੀ, ਇਹਨਾਂ ਬੋਲਣ ਇਹਨਾਂ ਦੇ ਵਿੱਚ ਹੀ ਹੋ ਕੇ ਤੁਹਾਡਾ ਪਵਿੱਤਰ ਆਤਮਾ ਦੇ ਤੁਹਾਡਾ ਕੰਮ ਕਰੇ ਪ੍ਰਭੂ। ਔਰ ਜਿੰਨੀਆਂ ਵੀ ਅਧਿਕਾਰੀਆਂ ਸ਼ਕਤੀਆਂ ਤੁਹਾਡੇ ਬੇਟੇ ਬੇਟੀਆਂ ਦੇ ਪ੍ਰਤੀ ਆ, ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਂ ਦੇ ਵਿੱਚ ਸਾਰੀਆਂ ਅੱਜ ਪ੍ਰਗਟ ਕਰਦੇ ਆ। ਕਿਸੇ ਵੀ ਤਰ੍ਹਾਂ ਦੀ ਕਮਰੋਤੀ ਸ਼ਕਤੀ ਅੱਜ ਕਾਮਨਾ ਕਰਦੇ ਪਏ। ਮਹਾਨ ਪਰਮੇਸ਼ਰ, ਅੱਜ ਵੀ ਇਸ ਸਾਰੀ ਸਭਾ ਨੂੰ ਆਪਣੇ ਹੱਥਾਂ ਤੇ ਲਾਵੋ ਮੇਰੇ ਪ੍ਰਭੂ। ਹੁਣ ਤੱਕ ਜੋ ਵੀ ਤੇਰੇ ਬੱਚਿਆਂ ਨੇ ਭਜਨ ਬੋਲੇ ਨਾ, ਭਜਨਾ ਦੀ ਤਰ੍ਹਾਂ ਸ਼ੁਕਰੋ ਅਰਾਧਨਾ ਕੀਤੀ, ਇਹਨਾਂ ਦੀ ਤਰ੍ਹਾਂ ਸ਼ੁਕਰੋ। ਔਰ ਮਹਾਨ ਪਰਮੇਸ਼ਰ, ਹਰ ਇੱਕ ਤੇਰੇ ਸੇਵਕ ਨੂੰ ਮੇਰੇ ਹੱਥਾਂ ਵਿੱਚ ਦਿੰਦਾ, ਹਰ ਇੱਕ ਦੇ ਉੱਪਰ ਤੁਹਾਡੀ ਆਸ਼ੀਸ਼ ਮੰਗਦਾ ਪ੍ਰਭੂ। ਅਗਲਾ ਸਮਾਂ ਪ੍ਰਭੂ ਤੇਰੇ ਨਾਮ ਦੇ ਹੱਥਾਂ ਵਿੱਚ ਦੇ ਦਿੰਦੇ ਹਾਂ, ਉਹ ਸਾਰੀ ਮਹਿਮਾ ਦੇ ਪ੍ਰਭੂ ਤੁਹਾਨੂੰ ਦੇ ਦਿੰਦੇ ਹਾਂ, ਸਾਡੇ ਬੇਟੇ ਯੇਸ਼ੂ ਮਸੀਹ ਜੀ ਦੇ ਨਾਮ ਤੋਂ ਮੰਗਦੇ ਹਾਂ। ਧੰਨਵਾਦ ਕਰਦੇ ਹਾਂ ਸਮੇਂ ਦੇ ਲਈ, ਅੱਜ ਦੇ ਲਈ ਆਪਣੇ ਆਪ ਬਖਸ਼ਿਆ, ਇਹਨਾਂ ਦੇ ਪ੍ਰਭੂ ਯੇਸ਼ੂ ਮਸੀਹ ਨੂੰ ਕਬੂਲ ਕੀਤਾ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਪ੍ਰਭੂ ਵਿੱਚ ਵਫ਼ਾਦਾਰ ਨੇ, ਕਾਇਮ ਨੇ। ਔਰ ਅੱਜ ਉਹਨਾਂ ਨੇ ਪ੍ਰਭੂ ਦੀ ਹਜ਼ੂਰੀ ਵਿੱਚ ਦਾਸਾਂ ਨੂੰ, ਸੰਗਤਾਂ ਨੂੰ ਬੁਲਾਇਆ ਔਰ ਸ਼ੁਕਰਗੁਜ਼ਾਰੀ ਦੀ ਪਤਨੀ ਦਾ ਇੰਤਜ਼ਾਮ ਕੀਤਾ। ਅੱਜ 30 ਸਾਲ ਹੋ ਗਏ, 30 ਸਾਲ ਪੂਰੇ ਹੋ ਗਏ ਨੇ, ਇਕੱਤੀ ਮਾਂ ਸ਼ੁਰੂ ਹੋ ਗਿਆ। ਬੋਲੋ ਸਾਰੇ ਖਾਣੇ ਲੈ ਗਿਆ, ਇਕੱਤੀ ਮਾਂ ਸਾਲ ਸ਼ੁਰੂ ਹੋ ਗਿਆ ਪ੍ਰਭੂ ਵਿੱਚ ਕਾਇਮ। ਬੜੀ ਅੱਛੀ ਗੱਲ ਹੈ, ਅਕਸਰ ਤੇ ਕੋਈ ਵੇਖਦੇ ਆ ਲੋਕ ਪ੍ਰਭੂ ਦੇ ਕੋਲ ਆਉਂਦੇ ਨੇ ਔਰ ਆ ਕੇ ਆਪਣੀ ਲੋੜ ਜ਼ਰੂਰਤ ਦੇ ਲਈ, ਆਪਣੀ ਨੀਡਸ ਦੇ ਲਈ ਦੁਆ ਕਰਦੇ ਨੇ। ਜਦੋਂ ਲੋੜ ਪੂਰੀ ਹੋ ਜਾਂਦੀ ਹੈ ਉਹ ਫਿਰ ਛੱਡ ਕੇ ਭੱਜ ਜਾਂਦਾ। ਲੇਕਿਨ ਅੱਜ ਪ੍ਰਭੂ ਦੇ ਦਾਸ 30 ਸਾਲ ਹੋ ਗਏ, ਸਾਰੇ ਲੋਕ ਹਰ ਤਾਲੀ ਜਾ ਕੇ ਸਿਰ ਨੂੰ ਦਾਸ ਦਾ ਬੋਲੋ ਸਾਰੇ ਹਾਲੇਲੂਇਆ। ਉਹ ਮਹਾਨ ਪਰਮੇਸ਼ੁਰ ਦੀ ਕਿਰਪਾ ਕਰਨ ਵਾਲਾ ਦਿਆਲੂ ਵਫ਼ਾਦਾਰ ਹੈ, ਹੁਣ ਤੱਕ ਬਹੁਤ ਅੱਛੇ ਕਰੇ ਉਹਨੇ ਪ੍ਰਭੂ ਦੀ ਮਹਿਮਾ ਕੀਤੀ। ਥੋੜ੍ਹਾ ਸਮਾਂ ਹੋਰ ਆਪਾਂ ਪ੍ਰਭੂ ਦੀ ਹਜ਼ੂਰੀ ਵਿੱਚ ਲਾਉਣਾ ਪਿਆਰਿਓ, ਬੜੀ ਪਿਆਰ